ਫਲਾਇੰਗ ਸਕੁਆਡਸ ਹੈਗੀਆਂ ਜਿਹੜੀ ਕਿ ਐਕਟਿਵ ਹੈਗੀਆਂ, ਇੱਕ ਸਟੈਟਿਕ ਸਰਵੇਲੈਂਸ ਟੀਮਸ ਹੈਗੀਆਂ ਜਿਹੜੀ ਕਿ ਆਪਣੇ ਨਾਕੇ ਲਗਾਉਂਦੀਆਂ ਹੈਗੀਆਂ, ਉਸ ਤੋਂ ਇਲਾਵਾ ਸਾਡੀ ਵੀਡੀਓ ਸਰਵੇਲੈਂਸ ਟੀਮਸ ਹੈਗੀਆਂ ਜਿਹੜੀ ਇਲੈਕਸ਼ਨ ਰਿਲੇਟਡ ਜਿਹੜਾ ਐਕਸਪੈਂਡੀਚਰ ਹੈ ਉਹਦੀ ਮੋਨੀਟਰਿੰਗ ਕਰਦੀਆਂ ਨੇ ਇਹ ਟੀਮਾਂ। ਇਸ ਤੋਂ ਇਲਾਵਾ ਵੀਡੀਓ ਵਿਊਇੰਗ ਟੀਮ ਹੈ ਜਿਹੜੀ ਉਸਦਾ ਰਿਕਾਰਡ ਰੱਖਦੀਆਂ, ਅਤੇ ਇਸ ਤੋਂ ਇਲਾਵਾ ਵੱਖ ਵੱਖ ਜਿਹੜੀ ਏਜੰਸੀਜ਼ ਹੈਗੀਆਂ ਜਿਵੇਂ ਕਿ ਐਕਸਾਈਜ਼ ਦੀ, ਇਨਕਮ ਟੈਕਸ ਦੀ, ਇਹ ਟੀਮਾਂ ਹੈਗੀਆਂ ਜਿਹੜੀ ਕਿ ਮੂਵਮੈਂਟ ਆਫ ਲਿਕਰ, ਮੂਵਮੈਂਟ ਆਫ ਕੈਸ਼, ਠੀਕ ਹੈ, ਅਤੇ ਉਸ ਤੋਂ ਇਲਾਵਾ ਜਿਹੜੀ ਇੱਕ ਟੀਮ ਡਰੱਗਸ ਡਿਪਾਰਟਮੈਂਟ ਦੀ, ਡਰੱਗ ਕੰਟਰੋਲ ਡਿਪਾਰਟਮੈਂਟ ਦੀ ਵੀ ਹੈਗੀ ਹੈ ਜਿਹੜੀ ਕਿ ਜੇ ਕੋਈ ਕਿਤੇ ਕੋਈ ਡਰੱਗਸ ਦੀ ਟ੍ਰਾਂਸਫਰ ਹੋ ਰਹੀ ਹੈ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ 'ਤੇ ਕਾਰਵਾਈ ਕਰਦੀਆਂ ਨੇ। ਕੈਸ਼ ਕਿੰਨਾ ਅਲਾਊਡ ਹੈਗਾ ਵਪਾਰੀਆਂ, ਉਸ ਤੋਂ ਬਾਅਦ ਕਿਹੜਾ ਕੈਸ਼ ਜਿਹੜਾ ਹੈਗਾ ਉਹ ਸੀਜ਼ ਕਰ ਸਕਦੀ?